ਆਮ ਅਰੋੜਾ ਇੱਕ ਜ਼ਿੰਮੇਵਾਰ ਵਿਅਕਤੀ ਨੇ, ਕੈਬਨਿਟ ਦੇ ਮੰਤਰੀ ਨੇ, ਉਹਨਾਂ ਦੀ ਇਹ ਗੱਲ ਕਹਿਣੀ ਵੀ ਸਿੱਧੂ ਤਾਂ ਆਪਣੀਆਂ ਗਲਤੀਆਂ ਕਰਕੇ ਮਰਿਆ, ਵੀਰੋ ਦੇਖੋ ਇਹ ਗੱਲ ਕੁਛ ਹੱਦ ਤੱਕ ਅਸੀਂ ਮੰਨਦੇ ਹਾਂ ਵੀ ਗਲਤੀਆਂ ਸਾਡੇ ਤੋਂ ਹੋਈਆਂ ਨੇ, ਪਰ ਜੇ ਅਸੀਂ ਗਲਤੀ ਕੀਤੀ ਹੈ, ਅਸੀਂ ਆਪਣਾ ਪੁੱਤਰ ਗਵਾ ਲਿਆ। ਜਿਹੜੇ ਦੋ ਬੰਦੇ ਉਹਨਾਂ ਕੋਲ ਸੀਗੇ ਉਹ ਕਿਹੜਾ ਸਰ ਉਹ ਲੈ ਕੇ ਗਏ ਸਰ? ਸਿੱਧੂ ਮੂਸੇਵਾਲਾ ਜੀ ਕੋਲ ਸਾਡਾ ਛੋਟਾ ਭਰਾ ਸੀ, ਸਾਰੇ ਅਸੀਂ ਵੀ ਉਹਦੇ ਫੈਨ ਆ। ਨੀਤ ਏਅਰ ਬੋਲਦਾ ਦੋ ਕਪਲ ਰੋਜ਼ ਦੀ ਐਵਰੇਜ ਹੈ ਜੀ, ਕਹਿੰਦਾ ਪਿਛਲੇ 13 ਸਾਲਾਂ ਦੀ। ਉਹ ਭਾਈ ਫਿਰ ਬਦਲਾਅ ਕੀਤਾ ਸੀ ਲੋਕਾਂ ਨੇ ਤੁਹਾਡਾ ਤਾਂ। ਮੇਰੇ ਕੋਲ ਰਿਕਾਰਡ ਹੈ ਪੰਜਾਬ ਦਾ, ਜਿਹੜਾ ਪੁਲਿਸ ਦਾ ਅਫੀਸ਼ੀਅਲ ਰਿਕਾਰਡ ਹੈ, ਕੋਈ ਸਾਡਾ ਨਹੀਂ। ਇਹਦੇ 'ਚ ਸਰ 2010 'ਚ ਪੰਜਾਬ 'ਚ 907 ਕਤਲ ਹੁੰਦੇ ਆ। ਜੇ 13 ਸਾਲਾਂ 'ਚ ਉਹ ਵੀ ਕਤਲ ਕਰੀ ਗਏ, ਤੁਸੀਂ ਵੀ ਕਰੀ ਗਏ, ਫਿਰ ਤੁਹਾਨੂੰ 92 ਮਹੀਨੇ ਦੇਣ ਦਾ ਕੀ ਲੋਕਾਂ ਦੇ ਪੱਲੇ ਕੀ ਪਿਆ ਫਿਰ ਇਸ ਗੱਲ? ਜਿਹੜੀ ਵਿਧਾਨ ਸਭਾ ਦੇ ਵਿੱਚ ਬੱਚੇ ਦੀ ਮੌਤ 'ਤੇ ਟੀਕਾ ਟਿੱਪਣੀਆਂ ਕਰੀਆਂ, ਦੁੱਖ ਦੇਣ ਵਾਲੀਆਂ ਨੇ ਬਹੁਤ ਜ਼ਿਆਦਾ, ਸੁਣ ਕੇ ਬੜਾ ਅਫਸੋਸ ਹੁੰਦਾ ਉਸ ਗੱਲ ਨੂੰ। ਗੁਰਬਾਣੀ 'ਚ ਵੀ ਲਿਖਿਆ, ਜਿਸ ਤਨ ਲੱਗਿਆ ਸੌ ਤਨ ਜਾਣਾ, ਕੌਣ ਜਾਣਿਆ ਪੀਰ ਪਰਾਈ। ਸਰਕਾਰ ਦੀ ਨੀਅਤ ਵੀ ਸਾਫ਼ ਪਤਾ ਲੱਗੀ, ਇਸ ਤਰ੍ਹਾਂ ਮਤਲਬ ਉਹ ਆਪਣੇ ਬੱਚੇ ਦੀ ਮੌਤ ਨੂੰ ਆਪਣੀ ਵਿਲੈਕੀ ਕਹਿ ਰਹੇ ਨੇ। ਅਮਨ ਅਰੋੜਾ ਇੱਕ ਜ਼ਿੰਮੇਵਾਰ ਵਿਅਕਤੀ ਨੇ, ਕੈਬਨਿਟ ਦੇ ਮੰਤਰੀ ਨੇ, ਉਹਨਾਂ ਦੀ ਇਹ ਗੱਲ ਕਹਿਣੀ ਵੀ ਸਿੱਧੂ ਤਾਂ ਆਪਣੀਆਂ ਗਲਤੀਆਂ ਕਰਕੇ ਮਰਿਆ, ਵੀਰੋ ਦੇਖੋ ਇਹ ਗੱਲ ਕੁਛ ਹੱਦ ਤੱਕ ਅਸੀਂ ਮੰਨਦੇ ਹਾਂ ਵੀ ਗਲਤੀਆਂ ਸਾਡੇ ਤੋਂ ਹੋਈਆਂ ਨੇ, ਪਰ ਜੇ ਅਸੀਂ ਗਲਤੀ ਕੀਤੀ ਹੈ, ਅਸੀਂ ਆਪਣਾ ਪੁੱਤਰ ਗਵਾ ਲਿਆ, ਸਾਡੇ ਘਰ ਦਾ ਬੇੜਾ ਬੂਟਾ ਵੱਜ ਗਿਆ, ਜੇ ਗਲਤੀਆਂ ਕਰੀਆਂ ਸਜ਼ਾ ਮਿਲ ਗਈ, ਪਰ ਜਿਹੜੀਆਂ ਤੁਸੀਂ ਕੀਤੀਆਂ ਤੁਹਾਨੂੰ ਕੀ ਮਿਲਿਆ? ਤੁਸੀਂ ਸਗੋਂ ਰਾਜਨੀਤੀ ਕਰਦੇ ਹੋ ਉਹਦੇ ਉੱਤੇ। ਮੀਤ ਏਅਰ ਬੋਲਦਾ ਦੋ ਕਪਲ ਰੋਜ਼ ਦੀ ਐਵਰੇਜ ਹੈ ਜੀ, ਕਹਿੰਦਾ ਪਿਛਲੇ 13 ਸਾਲਾਂ ਦੀ। ਉਹ ਭਾਈ ਫਿਰ ਬਦਲਾਅ ਕੀਤਾ ਸੀ ਲੋਕਾਂ ਨੇ ਤੁਹਾਡਾ ਤਾਂ, ਤੁਸੀਂ ਇੱਕ ਤਾਂ ਆਹ ਸਾਲ ਦੇ ਵਿੱਚ ਤਾਂ ਉਹ ਦੋ ਕਪਲ ਨਾ ਹੋ ਸਕਦੇ ਰੋਜ਼ ਦੇ, ਚਲੋ ਬਾਕੀ ਤਾਂ ਜਿਹੜੇ ਮਾੜੇ ਸੀਗੇ ਪਰੇ ਕਰਤੇ ਲੋਕਾਂ ਨੇ, ਬੈਠੇ ਵਿਹਲੇ ਆਰਾਮ ਨਾਲ ਦੇ ਘਰੇ। ਤੁਸੀਂ ਤਾਂ ਅਮੀਰ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਨੇ, ਤੁਸੀਂ ਤਾਂ ਨਾ ਕਤਲਾਂ ਦੀ। ਜੇ 13 ਸਾਲਾਂ 'ਚ ਉਹ ਵੀ ਕਤਲ ਕਰੀ ਗਏ, ਤੁਸੀਂ ਵੀ ਕਰੀ ਗਏ, ਫਿਰ ਤੁਹਾਨੂੰ 92 ਮਹੀਨੇ ਦੇਣ ਦਾ ਕੀ ਲੋਕਾਂ ਦੇ ਪੱਲੇ ਕੀ ਪਿਆ ਫਿਰ ਇਸ ਗੱਲ 'ਚ? ਚਲੋ ਬਣੀਆਂ ਤਜਰਬੇ ਦੀ ਘਾਟ ਲਾ ਲਓ ਜਾਂ ਕੁਛ ਲਾ ਲਓ, ਉਹਨਾਂ ਨੇ ਬੜਾ ਜਿਹੜੀ ਵਿਧਾਨ ਸਭਾ ਦੇ ਵਿੱਚ ਬੱਚੇ ਦੀ ਮੌਤ 'ਤੇ ਟੀਕਾ ਟਿੱਪਣੀਆਂ ਕਰੀਆਂ, ਦੁੱਖ ਦੇਣ ਵਾਲੀਆਂ ਨੇ ਬਹੁਤ ਜ਼ਿਆਦਾ, ਸੁਣ ਕੇ ਬੜਾ ਅਫਸੋਸ ਹੁੰਦਾ ਉਸ ਗੱਲ ਨੂੰ ਵੀ। ਗੁਰਬਾਣੀ 'ਚ ਵੀ ਲਿਖਿਆ, ਜਿਸ ਤਨ ਲੱਗਿਆ ਸੌ ਤਨ ਜਾਣਾ, ਕੌਣ ਜਾਣਾ ਪੀਰ ਪਰਾਈ। ਕਿਉਂਕਿ ਜਦੋਂ ਆਪਣਾ ਮਰਦਾ ਫਿਰ ਸਾਨੂੰ ਮੌਤ ਦੇ ਜਿਹੜੀ ਪਰਿਭਾਸ਼ਾ ਦਾ ਪਤਾ ਲੱਗਦਾ। ਇੱਕ ਬਜ਼ੁਰਗ ਵੀ ਚਲਾ ਜਾਂਦਾ ਨਾ ਵੀਰੋ, ਸਾਲ ਦੋ ਸਾਲ ਬੇਸ਼ੱਕ ਆਪਾਂ ਬਾਲਗ ਹੁੰਦੇ ਹਾਂ, ਘਰ ਦਾ ਜ਼ਿੰਮੇਵਾਰ ਸੰਭਾਲਦੇ ਹੁੰਦੇ ਹਾਂ ਸਾਰੇ, 2 ਕੁ ਸਾਲ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਵੇਂ ਕੰਮ ਕਰਾਂ, ਕਿਹੜੇ ਕੰਮ ਦੀ ਮੈਨੂੰ ਖੁਸ਼ੀ ਹੋਊ, ਕਿਹੜੇ ਦੀ ਕਮੀ ਹੋਊਗੀ, ਕੋਈ ਕੰਮ ਕਾਰੋਬਾਰ ਵਧਾਵਾਂ ਘਟਾਵਾਂ, ਗੱਲ ਹਿਸਾਬ ਜਿਹੇ 'ਚ ਨਹੀਂ ਆਉਂਦੀ। ਮੇਰੀ ਮਾਂ ਮਰੀ ਹੈ, ਮੈਂ ਵੀ ਉਹਦਾ ਬਾਲਗ ਸੀ, ਜ਼ਿੰਮੇਵਾਰ ਸੀ, 25-25-30 ਸਾਲਾਂ ਦੇ ਸੀ, ਪਰ ਫਿਰ ਵੀ 2 ਸਾਲ ਮਾਹੌਲ ਨਹੀਂ ਸੈੱਟ ਆਉਂਦਾ ਪਰਿਵਾਰ, ਅਤੇ ਇੱਥੇ ਤਾਂ ਪਰਿਵਾਰ ਦਾ ਵੀ ਇਲਾਕੇ ਦਾ ਧੁਰਾ ਹੁੰਦਾ, ਔਰ ਉਹਦੇ ਬਾਰੇ ਇੰਨੀ ਗੈਰ ਜ਼ਿੰਮੇਵਾਰਾਂ ਟਿੱਪਣੀਆਂ ਕਰਨੀਆਂ, ਇੱਕ ਇਕੱਲੀ ਮੀਂਹ ਕੁੱਟਣ ਵਾਲੀ ਗੱਲ ਉਹਨਾਂ ਨੇ ਕੀਤੀ ਹੈ। ਬਾਕੀ ਤੁਸੀਂ ਯਕੀਨ ਰੱਖਿਓ ਆਪਾਂ ਲੜਾਂਗੇ, ਸਾਰੀ ਗਾਰ ਨੂੰ ਇੱਕਦਮ ਹਟਾ ਦੇਣਾ, ਕਿੱਥੇ ਪਹਿਲਾਂ 25-30 ਬੰਦੇ ਕੰਮ ਕਰੇ ਇਲੈਕਸ਼ਨ ਦੇ ਵਿੱਚ, ਜੇ ਉਹ ਇਲੈਕਸ਼ਨ ਹਾਰਦਾ ਉਸ ਤੋਂ ਬਾਅਦ ਬਿਲਕੁਲ ਹੀ ਵਿਦਰਾਅ ਕਰਤੀ ਸਾਰੀ।
ਉਸ ਤੋਂ ਉਦੋਂ ਮਗਰੋਂ ਮੈਂ ਐਪਲੀਕੇਸ਼ਨ ਦਿੱਤੀ ਇਹਨਾਂ ਕੋਲ ਚੰਡੀਗੜ੍ਹ ਤੋਂ ਬੰਦੇ ਛੱਡ ਕੇ ਚਲੇ ਗਏ ਜਦੋਂ ਉਹਨਾਂ ਨੂੰ ਵਾਪਸ ਜੋ ਘੁੰਮਾ ਕੇ ਮੈਂ SSP ਨੂੰ ਜਾ ਕੇ ਕਹੀ ਗੱਲ ਵੀ ਤੁਹਾਨੂੰ ਘਰੇ ਤਾਂ ਛੱਡ ਦਿਓ ਇੱਕ ਵਾਰੀ ਜੇ ਰਸਤੇ ਦੇ ਵਿੱਚ ਕੋਈ ਗੱਲ ਹੋਊਗੀ ਤਾਂ ਫਿਰ ਕੌਣ ਜ਼ਿੰਮੇਵਾਰ ਹੈ। ਅਤੇ ਸਾਰੀ ਆਪਣੀ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਇਹਨਾਂ ਨੇ ਕੀਤੀ ਹੈ ਗੱਲ, ਅਤੇ ਬਾਕੀ ਕੋਈ ਗੱਲ ਨਹੀਂ, ਇਹਨਾਂ ਨੇ ਤਾਂ ਜੋ ਕਰਨਾ ਸੀ ਕਰਤਾ। ਦੇਖੋ ਅਤੇ ਆਪਾਂ ਹੁਣ ਇਸ ਗੱਲ ਨੂੰ ਪਬਲਿਕ ਡੋਮੇਨ 'ਚ ਵੀ ਲੈ ਕੇ ਜਾਵਾਂਗੇ, ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿੱਥੇ ਕਿੱਥੇ ਕਟਾਈਆਂ ਹੋਈਆਂ ਨੇ। ਵੈਸੇ ਤਾਂ ਤੁਸੀਂ ਭਲੀ ਭਾਂਤ ਸਾਰੀ ਗੱਲ ਨੂੰ ਸਮਝਦੇ ਹੋਵੇਗਾ, ਪਰ ਵਿਡਰਾਅ ਕਰਨ ਦੇ ਪਿੱਤਰੋਂ ਗੋਲਡੀ ਨੇ ਸਿੱਧੀ ਗੱਲ ਇਹ ਗੱਲ ਕਹੀ ਵੀ ਅੱਜ ਮੌਕਾ ਹੈ, ਜੇ ਜਵਾਰ ਕੇ ਉਹ ਨਾ ਜਾਂਦਾ ਉਸ ਸਮੇਂ ਦੇ ਉੱਤੇ ਤਾਂ ਰਾਤ ਨੂੰ ਹਮਲਾ ਯਕੀਨਨ ਸੀ। ਉਹ ਕੰਧ ਜਿਹੜੀ ਉੱਚੀ ਕੀਤੀ ਉਹਨਾਂ ਅਗਲੇ ਪਾਸੇ ਸ਼ੀਸ਼ਾ ਲੱਗਿਆ ਹੋਇਆ ਉਹਦੇ ਬੈਡਰੂਮ 'ਤੇ, ਉੱਥੋਂ ਦੀ ਉਹਦੇ ਉਹਦੇ 'ਤੇ ਇਹੀ ਫਾਇਰਿੰਗ ਤਾਬੜ ਤੋੜੇ ਅਤੇ ਖਿੜਕੀ ਵਿੱਚ ਦੀ ਕਰਦੀ ਸੀ ਸੁੱਤੇ ਪਏ। ਪੁਲਿਸ ਦੀਆਂ ਵਰਦੀਆਂ ਦੇ ਵਿੱਚ ਆਉਣ ਦੀ ਜੋ ਉਹਨਾਂ ਦੀ ਪਲਾਨਿੰਗ ਸੀ, ਉਹਨਾਂ ਦੇ 3 ਮਡਿਊਲ ਬਣੇ ਹੋਏ ਸੀਗੇ ਇਸ ਗੱਲ ਦੇ। ਚਲੋ ਸਾਡੀ ਗਲਤੀ ਹੈਗੀ ਹੈ ਵੀ ਅਸੀਂ ਕੁਛ ਸਮੇਂ ਲਈ ਗੰਨਮੈਨਾਂ ਨੂੰ ਪਿੱਕ ਨਾ ਕੀਤਾ ਨਾਲ, ਤਾਂ ਸਾਰੇ ਲੋਕ ਬੁਲਟ ਪਰੂਫ ਗੱਡੀਆਂ ਲੈ ਲੈਣਗੇ। ਸਿੱਧੂ ਦਾ 4 ਪੈਸੇ ਕਮਾਉਂਦਾ ਸੀ, ਉਹਨੇ ਤਾਂ 40-50 ਲੱਖ ਰੁਪਈਆ ਇਸ ਗੱਲ 'ਤੇ ਲਾਤਾ ਕਿ ਜਿਹੜਾ ਆਮ ਕਾਰੋਬਾਰੀ ਆ, ਆਮ ਕੋਈ ਛੋਟਾ ਪਰਿਵਾਰ 'ਚ ਉੱਠਿਆ ਹੋਇਆ ਬੰਦਾ ਹੈ, 4 ਪੈਸੇ ਕਮਾਉਂਦਾ, ਉਹ ਬੁਲਟ ਪਰੂਫ ਗੱਡੀਆਂ ਲੈ ਲੂਗਾ, ਸਿਕਿਉਰਿਟੀ ਲੈ ਲੂਗਾ। ਬਿਨਾਂ ਗੰਨਮੈਨਾਂ ਤੋਂ ਬੰਦੇ ਨੂੰ ਜਿਉਣ ਦਾ ਅਧਿਕਾਰ ਨਹੀਂ ਹੈ। ਤੁਹਾਡੇ ਉਹ ਵਿਅਕਤੀ ਜਿਹੜਾ 2 ਕਰੋੜ ਰੁਪਈਆ ਤੁਹਾਨੂੰ ਸਾਲ ਦੀ ਰੈਵਨਿਊ ਤੁਹਾਡੇ ਖਾਤੇ 'ਚ ਪਾਉਂਦਾ ਹੋਵੇ, ਔਰ ਇਮਾਨਦਾਰੀ ਨਾਲ ਟੈਕਸ ਪੇ ਕਰਦਾ ਹੋਵੇ ਤੁਹਾਡਾ, ਉਹਦਾ ਤੁਸੀਂ ਇਹ ਹੱਲ ਕਰਦੇ ਹੋ। ਸੋ ਬਾਕੀ ਆਪਾਂ 19 ਮਾਰਚ ਨੂੰ ਜਿਹੜਾ ਕੋਈ ਰਹਿ ਗਿਆ ਮਸਲਾ, ਉਹਦੇ ਸਾਰੀਆਂ ਤੁਹਾਡੀਆਂ ਗੱਲਾਂ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਜਿਹੜਾ ਆਪਣਾ ਸੰਘਰਸ਼ ਹੈ ਉਹ ਹੁਣ ਥੋੜ੍ਹਾ ਪੱਕੇ ਵੀ ਕੀਤਾ, ਅਤੇ ਆਉਣ ਵਾਲੇ ਸਮੇਂ 'ਚ ਵੀ ਇਹਨੂੰ ਥੋੜ੍ਹਾ ਜਿਹਾ ਚੱਕੀ ਚੱਲਾਂਗੇ ਕੰਮ, ਹੁਣ ਆਪਾਂ ਇਹਨੂੰ ਢੱਲਾ ਨਹੀਂ ਪੈਣਾ। ਅਤੇ ਬਾਕੀ ਸਾਰਾ ਪ੍ਰਬੰਧ ਤੁਸੀਂ ਸਾਰੇ ਸਿਆਣੇ ਹੋ, ਜਿਵੇਂ ਜਿਵੇਂ ਤੁਹਾਡੇ ਦਿਮਾਗ ਚੱਲਦਾ, ਕਿਉਂਕਿ ਅਸੀਂ ਉਹੋ ਜਿਹੀ ਮਾਨਸਿਕ ਹਾਲਤ 'ਚ ਪਹੁੰਚੇ ਖੜ੍ਹੇ ਹਾਂ ਕਿ ਪੂਰੀ ਪਲਾਨਿੰਗ ਦੀ ਕਰਨੀ ਕੋਈ ਸਮਝ ਤੋਂ ਬਾਹਰ ਜੋ ਹੋ ਜਾਂਦਾ ਕੰਮ, ਜਿੱਦਾਂ ਕਹੀਏ ਨਾ ਦਿਮਾਗ ਕੰਮ ਜਾ ਕਰਨਾ ਬੰਦ ਕਰ ਲੈਂਦਾ ਜੀ। ਤਾਂ ਇਹ ਸਾਰੇ ਜਵਾਕ ਲੱਗੇ ਨੇ ਸਾਰੇ ਭਰਾ ਹੋਣੀ, ਅਤੇ ਜਿਵੇਂ ਵੀ ਕੋਈ ਆਪਣਾ ਰਾਬਤਾ ਬਣਦਾ ਤੁਸੀਂ ਉਹਦੇ ਨਾਲ ਬਣਾ ਲਿਓ, ਅਤੇ ਪਰਮਾਤਮਾ ਕਰੂਗਾ ਪਹਿਲਾਂ ਨਹੀਂ ਕਰਾਂਗਾ, ਵਧੀਆ ਪ੍ਰੋਗਰਾਮ ਕਰ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।